ਪਵਿੱਤਰ ਪਾਵਨ ਗੁਰਬਾਣੀ ਜਾਪ ਸਾਹਿਬ ਜੀ ਦੀ ਕਥਾ ਥੋੜੇ ਥੋੜੇ ਸਲੋਕਾਂ ਦੀ ਕਥਾ ਆਪਾਂ ਕਰਦੇ ਹਾਂ। ਨਾਲ ਨਾਲ ਜੋ ਸਾਡੇ ਪ੍ਰੈਜ਼ੈਂਟ ਟਾਈਮ ਤੇ ਸਤਿਗੁਰੂ ਜੀ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜੋ ਬਖਸ਼ਿਸ਼ ਕਰਦੇ ਹਨ ਪਵਿੱਤਰ ਗੁਰਬਾਣੀ ਵਿੱਚੋਂ ਮਨ ਨੂੰ ਸਮਝਾਉਣ ਵਾਸਤੇ, ਉਹ ਵੀ ਆਪਾਂ ਪੜ੍ਹਦੇ ਸੁਣਦੇ ਹਾਂ। ਪਰ ਪੜ੍ਹ ਸੁਣ ਕੇ ਵੀ ਸਾਧ ਸੰਗਤ ਜੀ ਉਹ ਸਹਿਜ ਅਵਸਥਾ ਵਿੱਚ ਜਾਣਾ ਹੈ। ਮਹਾਰਾਜ ਫਰਮਾਉਂਦੇ ਹਨ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਉਦੋਂ ਫਿਰ ਮਨ ਨੂੰ ਵਧਾਈਆਂ ਮਿਲਦੀਆਂ ਹਨ, ਮਨ ਵਜੀਆਂ ਵਧਾਈਆਂ, ਜਿਵੇਂ ਵਿਵਾਹ ਵਾਲੇ ਘਰ, ਖੁਸ਼ੀ ਵਾਲੇ ਘਰ ਵਧਾਈਆਂ ਦੇ ਢੋਲ ਵੱਜਦੇ ਨੇ। ਜਦੋਂ ਕਿਰਪਾ ਹੋ ਜਾਵੇ ਅਕਾਲ ਪੁਰਖ ਵਾਹਿਗੁਰੂ ਜੀ ਦੀ, ਮਨ ਵਜੀਆਂ ਵਧਾਈਆਂ। ਵਿਵਾਹਾਂ ਵਿੱਚ ਵੀ ਰਾਗ ਰੰਗ ਵੱਜਣ ਲੱਗ ਪੈਂਦੇ ਨੇ। ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਵੇ, ਨਾਮ ਮਿਲ ਜਾਵੇ, ਸਹਿਜ ਅਵਸਥਾ ਵਿੱਚ ਗੁਰਸਿੱਖ ਚਲਾ ਜਾਵੇ, ਤਾਂ ਦਾਤਾਰ ਪਾਤਸ਼ਾਹ ਜੀ ਕਹਿੰਦੇ ਹਨ ਆਨੰਦ ਸਾਹਿਬ ਜੀ ਦੇ ਆਰੰਭ ਵਿੱਚ ਮਨ ਵਜੀਆਂ ਵਧਾਈਆਂ, ਸਹਿਜ ਅਵਸਥਾ ਪ੍ਰਾਪਤ ਜਦੋਂ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਬੜੀ ਔਖੀ ਹੈ, ਕਿਉਂਕਿ ਉਹ ਸਿੱਧਾ ਜੁੜੇ ਹੋਏ ਹਨ ਅਕਾਲ ਪੁਰਖ ਨਾਲ। ਚੌਪਈ ਸਾਹਿਬ ਪੜ੍ਹੋ, ਅਕਾਲ ਉਸਤਤ ਪੜ੍ਹੋ, ਜਿੰਨੀ ਵੀ ਦਸਮ ਦੀ ਬਾਣੀ ਪੜ੍ਹੋ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਵੀ ਜੁੜੇ ਹੋਏ ਹਨ, ਸਾਨੂੰ ਵੀ ਜੋੜਦੇ ਹਨ, ਕਿਉਂਕਿ ਪੁੱਤਰ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੇ। ਉਹਨਾਂ ਦੇ ਪਵਿੱਤਰ ਬਚਨ ਜਦੋਂ ਪਿਆਰ ਨਾਲ ਅੰਮ੍ਰਿਤ ਵੇਲੇ ਨਿਤਨੇਮ ਦੇ ਵਿੱਚ ਪੜ੍ਹੋ, ਮਨ ਝੁੰਮਦਾ 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 ਜੁੜ ਜਾਂਦਾ ਹੈ ਅਕਾਲ ਪੁਰਖ ਜੀ ਨਾਲ। ਪਿੱਛੇ ਆਪ ਜੀ ਨੇ ਸਰਵਣ ਕੀਤਾ ਸੀ ਤੇ ਪਵਨ ਮਹੀਪ ਸੁਰ ਨਾਰਿਆ ਸੁਰ, ਸਭ ਉਹਨੂੰ ਜਪਦੇ ਹਨ। ਨੇਤ ਨੇਤ ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਬੇਅੰਤ ਹੋ, ਬੇਅੰਤ ਹੋ, ਬੰਦਿਆ ਤੂੰ ਇਤਨਾ ਸੁਖੀ ਹੋ ਕੇ ਕਿਉਂ ਨਹੀਂ ਜਪਦਾ? ਅੱਖਾਂ ਨਾਲੋਂ ਵੀ ਹੌਲਾ ਹੋ ਗਿਆ, ਤ੍ਰਿਣ ਤੀਲਿਆਂ ਨਾਲੋਂ ਵੀ ਹੌਲਾ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਤੇ ਪੜ੍ਹਿਆ ਕਰ ਨੇਤ ਨੇਤ ਬੰਨ ਤ੍ਰਿਣ ਕਹਿ, ਕੱਖ ਕੰਢੇ ਤੀਲੇ ਵੀ ਕਹਿ ਰਹੇ ਨੇ ਜੰਗਲਾਂ ਦੇ, ਅਕਾਲ ਪੁਰਖ ਤੁਸੀਂ ਧੰਨ ਹੋ, ਪੱਤੇ ਵੀ ਕਹਿ ਰਹੇ ਨੇ ਤੁਸੀਂ ਧੰਨ ਹੋ, ਸਾਨੂੰ ਕਿਹੋ ਜਿਹੇ ਸੁੰਦਰ ਸੁੰਦਰ ਰੰਗ ਬਖਸ਼ਿਸ਼ ਕੀਤੇ ਹੋਏ ਹਨ। ਵਾਕਿਆ ਗਾਰਡਨਾਂ ਦੇ ਵਿੱਚ ਜਾਓ, ਜੰਗਲਾਂ ਦੇ ਵਿੱਚ ਜਾਓ, ਜਿੱਥੇ ਫੁੱਲ ਬਗੀਚੇ ਲੱਗੇ ਨੇ, ਉਹਨਾਂ ਦੇ ਰੰਗ ਵੇਖ ਕੇ ਵਿਸਮਾਤ ਹੋ ਜਾਈਦਾ, ਧੰਨ ਹੋ ਅਕਾਲ ਪੁਰਖ ਵਾਹਿਗੁਰੂ ਜੀ ਕਿੱਥੋਂ ਦਿੱਤੇ ਹਨ ਇੰਨੇ ਸੋਹਣੇ ਸੋਹਣੇ ਰੰਗ ਤੁਸੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੁੜੇ ਹੋਏ ਹਨ ਅਕਾਲ ਪੁਰਖ ਜੀ ਦੇ ਚਰਨਾਂ ਨਾਲ, ਜਾਪ ਸਾਹਿਬ ਦੇ ਵਿੱਚ ਫਰਮਾਉਂਦੇ ਹਨ ਨੇਤ ਨੇਤ ਬਨ ਤ੍ਰਿਣ ਕਹਿਤ, ਬਨ ਜੰਗਲਾਂ ਦਾ ਪੱਤਾ ਪੱਤਾ ਤ੍ਰਿਣ, ਕੱਖ ਕੰਢੇ ਤੀਲੇ ਉਹ ਵੀ ਕਹਿੰਦੇ ਹਨ ਅਕਾਲ ਪੁਰਖ ਜੀ ਤੁਸੀਂ ਧੰਨ ਹੋ, ਬੇਅੰਤ ਹੋ, ਨੇਤ ਨੇਤ ਬੇਅੰਤ ਬੇਅੰਤ ਹੋ। ਦਾਤਾਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਿਉਂਕਿ ਉਹ ਜਪਦੇ ਹਨ ਅਕਾਲ ਪੁਰਖ ਜੀ ਨੂੰ, ਆਪਣੇ ਖਾਲਸਾ ਜੀ ਨੂੰ ਵੀ ਕਹਿੰਦੇ ਹਨ ਤੁਸੀਂ ਵੀ ਜਪੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਗੁਰਬਾਣੀ ਵਿੱਚ ਸਾਹਿਬ ਜੀ ਕਹਿੰਦੇ ਹਨ ਅਸੀਂ ਜਪਣਾ ਹੈ, ਕੋਸ਼ਿਸ਼ ਕਰਨੀ ਹੈ, ਪਰ ਅੰਤ ਨਹੀਂ ਪਾ ਸਕਦੇ।
ਜਿਹੜੇ ਜਾਣਦੇ ਹਨ ਅਕਾਲ ਪੁਰਖ ਜੀ ਤੁਸੀਂ ਕਿੱਥੇ ਹੋ। ਅੱਗੇ ਜਿਵੇਂ ਜਿਵੇਂ ਕਥਾ ਆਵੇਗੀ ਕੁਝ ਇੱਕ ਓਅੰਕਾਰ ਜੀ ਬਾਰੇ ਵੀ ਦੱਸਿਆ ਜਾਵੇਗਾ, ਇੱਕ ਕੀ ਹੈ ਓਅੰਕਾਰ ਕੀ ਹੈ। ਪਰ ਜੇ ਧਿਆਨ ਲਾ ਕੇ ਆਪਣੀ ਸਰਵਣ ਕਰੋਗੇ ਦੁਨੀਆਂ ਤੇ ਆਉਣਾ ਸਫਲਾ ਹੋ ਜਾਵੇਗਾ, ਪਤਾ ਲੱਗ ਜਾਵੇਗਾ ਇੱਕ ਕੀ ਹੈ ਓਅੰਕਾਰ ਜੀ ਕੀ ਹਨ, ਅਕਾਲ ਪੁਰਖ ਜੀ ਕੀ ਹਨ, ਇਹ ਤ੍ਰੈਗੁਣੀ ਦੁਨੀਆਂ ਕੀ ਹੈ, ਚੌਥਾ ਕੀ ਹੈ। ਤੋ ਬੇਅੰਤ ਕੋ ਬਿਰਲਾ ਜਾਣੇ, ਅਕਾਲ ਪੁਰਖ ਜੀ ਤੁਸੀਂ ਬੇਅੰਤ ਹੋ, ਕੋਈ ਬਿਰਲਾ ਹੀ ਜਾਣਦਾ ਹੈ ਤੁਹਾਨੂੰ। ਗੁਰੂ ਗ੍ਰੰਥ ਸਾਹਿਬ ਜੀ ਜੰਗਲਾਂ ਦੇ ਤ੍ਰਿਣ ਤੀਲੇ ਉਹ ਵੀ ਨੇਤ ਨੇਤ ਕਹਿੰਦੇ ਹਨ, ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਬੇਅੰਤ ਹੋ, ਬੇਅੰਤ ਹੋ। ਔਰ ਹਰੇ ਭਰੇ ਵੀ ਰਹਿੰਦੇ ਹਨ, ਸਾਹਿਬਾਂ ਦੇ ਫਰਮਾਨ ਹਨ, ਸੋਹਣਾ ਲੱਗਦਾ ਹੈ, ਮੌਲਿਆ ਪ੍ਰਫੁੱਲਤ ਹੈ, ਕਾਹਦੇ ਕਰਕੇ ਕੋ ਜਪਦਾ ਹੈ ਅਕਾਲ ਪੁਰਖ ਜੀ। ਭੈ ਵਿੱਚ ਜਿੱਥੇ ਦਰਖਤ ਹੈ ਉੱਥੇ ਸਿਰ ਪੁੱਠਾ ਕਰਕੇ ਖਲੋਤਾ ਰਹਿੰਦਾ ਹੈ। ਬੰਦਿਆ ਤੂੰ ਤੇ ਸਿੱਧਾ ਚੱਲਦਾ ਹੈ, ਤੇਰਾ ਸਿਰ ਉੱਤੇ ਹੈ, ਤੂੰ ਤੇ ਜਪਿਆ ਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਤੂੰ ਕਿਉਂ ਨਹੀਂ ਜਪਦਾ। ਭੁੱਲ ਗਿਆ ਕਿਸਨੇ ਧੀਆਂ ਦਿੱਤੇ ਹਨ, ਕਿਸਨੇ ਪੁੱਤਰ ਦਿੱਤੇ ਹਨ, ਕਿਸਨੇ ਧਨ ਦੌਲਤ ਦਿੱਤਾ ਹੈ, ਇਹ ਸਾਰਾ ਸੁੱਖ ਕਿਸਨੇ ਦਿੱਤਾ ਹੈ, ਉਹਨੂੰ ਯਾਦ ਕਰਿਆ। ਪਾਤਸ਼ਾਹ ਕਹਿੰਦੇ ਹਨ ਨਾਨਕ ਕਿਆ ਮਨੁੱਖ, ਨਾਨਕ ਕਿਆ ਮਨੁੱਖ। ਗੁਰਬਾਣੀ ਫਰਮਾਉਂਦੀ ਹੈ ਮਨੁੱਖ ਕੀ ਚੀਜ਼ ਹੈ ਜੇ ਜਪੇ ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਜੀ ਨੂੰ ਜੇ ਜਪੇ ਇਹ ਵੀ ਹਰਿਆ ਭਰਿਆ ਹੋ ਜਾਵੇਗਾ, ਹਰ ਕਾ ਨਾਮ ਤੇ ਆਏ ਕੇ ਉਹ ਹਰਿਆ ਭਾਈ। ਮਹਾਰਾਜ ਕਹਿੰਦੇ ਹਨ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹਰਿਆ ਭਰਿਆ ਹੋ ਜਾ, ਹਰ ਕਾ ਨਾਮ ਤੇ ਆਏ ਕੇ ਉਹ ਹਰਿਆ ਭਾਈ। ਕਰਮ ਲਿਖਣ ਤੇ ਪਾਈਏ ਇਹ ਰੁੱਤ ਸੁਹਾਈ, ਆ ਮਨੁੱਖਾ ਜਨਮ ਰੁੱਤ ਜਿਹੜੀ ਹੈ ਕਰਮਾਂ ਨਾਲ ਮਿਲੀ ਹੈ। ਗੁਰਦੁਆਰੇ ਜਾਇਆ ਕਰ, ਭਾਂਡੇ ਮਾਂਜਿਆ ਕਰ, ਸੇਵਾ ਕਰਿਆ ਕਰ, ਨਮਸਕਾਰ ਕਰਿਆ ਕਰ। ਹੁਣ ਜਪ ਸਾਹਿਬ ਦੇ ਵਿੱਚ ਮਹਾਰਾਜ ਨਮਸਕਾਰ ਨਮਸਕਾਰ ਨਮਸਤੰਗ 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 ਇਹ ਕਹੀ ਜਾਂਦੇ ਹਨ। ਅੱਗੇ ਜਿਵੇਂ ਜਿਵੇਂ ਆਪ ਜੀ ਸਰਵਣ ਕਰੋਗੇ ਤਿਵੇਂ ਤਿਵੇਂ ਝੂਮਦੇ ਜਾਓਗੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਢੰਗ ਨਾਲ ਗੁਰਬਾਣੀ ਪੜ੍ਹਦੇ ਹਨ। ਨਾਨਕ ਕਿਆ ਮਨੁੱਖ, ਮਨੁੱਖ ਕੀ ਚੀਜ਼ ਹੈ ਜੀ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੰਗ ਜਿਹੜਾ ਹੈ ਉਹਦਾ ਪਹਿਲਾ ਅੱਖਰ ਹੀ ਆਪਣੇ ਦਿਲ ਤੇ ਟਿਕਾ ਲਵੇ ਇੱਕ ਓਅੰਕਾਰ, ਨਾਲ ਕਹਿ ਦਿੱਤਾ ਹੈ ਸਤਨਾਮ। ਇਸੇ ਸਤਨਾਮ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਦੁਨੀਆਂ ਦੇ ਵਿੱਚ ਸਤਿਗੁਰ ਜੀ ਨੇ ਚੱਕਰ ਚਲਾਇਆ ਹੈ, ਸਤਨਾਮ ਦਾ ਚੱਕਰ ਫਿਰਾਇਆ। ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਜਪ ਮਨ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਉਂ ਪੁੱਛੀਏ ਕਿਸੇ ਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਖੋਲੋ, ਉਹ ਖਜ਼ਾਨਾ ਹੈ ਸਾਡੇ ਪਿਓ ਦਾਦੇ ਦਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਜਦੋਂ ਵਾਕ ਲਵੋ, ਬੇਅੰਤ ਮੋਤੀ ਹੀਰੇ ਸਾਹਮਣੇ ਪਏ ਹਨ, ਪਰ ਵਾਕ ਲਵੋ ਮਹਾਰਾਜ ਦੀ ਤਾਬਿਆ ਜਾਓ, ਜੇ ਨਹੀਂ ਜਾਇਆ ਜਾਂਦਾ ਤੇ ਗੁਰਦੁਆਰੇ ਜਾ ਕੇ ਸੁਣੋ। ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ, ਅਨਹਦ ਤੋਂ ਵੱਜਣ ਲੱਗ ਪੈਂਦੀ ਹੈ ਜੇ ਗੁਰਸਿੱਖ ਦਿਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਰੱਖ। ਸਤਿਗੁਰ ਜੀ ਕਹਿੰਦੇ ਹਨ ਹਰ ਕਾ ਨਾਮ ਤੇ ਆਏ ਕੇ ਉਹ ਹਰਿਆ ਭਾਈ। ਰੁੱਤ ਮੁੜ ਕੇ ਨਹੀਂ ਲੱਭਣੀ, ਮਾਨਸ ਜਨਮ ਦੀ ਉਹ
ਸੋਤੈ ਕਿਉਂ ਬਿਸਰਾਇਓ, ਕਿਉਂ ਭੁੱਲ ਗਿਆ ਹੈ ਅਕਾਲ ਪੁਰਖ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਵਾਸ ਸਵਾਸ ਜਪ ਰਹੇ ਹਨ, ਨਮਸਕਾਰ ਕਰ ਰਹੇ ਹਨ, ਨਮਸਤੰ ਨਮਸਤੰ ਨਮਸਤੰ। ਬੰਦੇ ਨੂੰ ਕਹਿੰਦੇ ਨੇ ਬੰਦਿਆਂ ਤੋਂ ਤ੍ਰਿਣ ਤੀਲਿਆਂ ਤੋਂ ਵੀ ਹੌਲਾ ਹੋ ਗਿਆ, ਜੋ ਆਪਣੇ ਜਨਮ ਦੇਣ ਵਾਲੇ ਅਕਾਲ ਪੁਰਖ ਨੂੰ ਭੁੱਲ ਗਿਆ ਹੈ। ਨਾ ਭੁੱਲਿਆ ਕਰ, ਭੁੱਲਣ ਨਾਲ ਪੂਰੇ ਰਾਹਾਂ ਤੇ ਤੁਰ ਪੈਂਦਾ ਹੈ, ਜ਼ਿੰਦਗੀ ਨਰਕ ਬਣ ਜਾਂਦੀ ਹੈ। ਜਨਮ ਮਨੁੱਖ ਦਾ ਹੈ ਪਰ ਨਰਕ ਹੋਰ ਬਹੁਤ ਦੁੱਖ ਗਣੇ, ਅੱਗੇ ਆ ਕੇ ਦੁੱਖਾਂ ਦੇ ਡੇਰੇ ਲੱਗ ਜਾਂਦੇ ਹਨ। ਉਹ ਨਰਕ ਤੇ ਅਸੀਂ ਦੇਖਣੇ ਆ, ਇੱਥੇ ਨਰਕ ਬਣ ਜਾਂਦੇ ਹਨ। ਸੰਭਾਲ ਕੇ ਰੱਖਦੀ ਹੈ, ਜੇ ਮਾਂ ਕੋਲ ਕੋਈ ਬੱਚਾ ਪਿਓ ਕੋਲ ਜਾਵੇ
ਦੇ ਪਾਠ ਦੀ ਗੋਦ ਵਿੱਚ ਗੁਰੂ ਦੇ ਪਿਆਰ ਦੀ ਗੋਦ ਵਿੱਚ ਜਾ ਕੇ ਬੈਠੇ ਤਾਂ ਸਤਸੰਗ ਜੀਓ ਕੋਈ ਰੋਗ ਨਹੀਂ ਚੁੱਪਣਾ। ਜਾਵੇ ਨਾ ਗੁਰਬਾਣੀ ਤੋਂ ਅਵੇ ਦੂਰ ਹੋ ਜਾਵੇ ਵਿਆਪਨ ਸਭੇ ਰੋਗ, ਉਦੋਂ ਪੁੱਤਰ ਵੀ ਰੋਗ ਬਣ ਜਾਂਦੇ ਨੇ, ਧੀਆਂ ਵੀ ਰੋਗ ਬਣ ਜਾਂਦੀਆਂ ਨੇ, ਹੋਰ ਜਿੰਨੇ ਵੀ ਸੁੱਖ ਮਿਲੇ ਹੋਏ ਨੇ ਸਾਰੇ ਰੋਗ ਲੱਗੇ ਪੰਨ ਭਾਏ। ਆ ਜਿਹੜੀ ਬਾਡੀ ਏ ਭਾ ਕੇ ਭੱਜ ਭੱਜ ਕੇ ਠਾ ਕੇ ਪੁੱਤਰਾਂ ਦੇ ਰੂਪ ਵਿੱਚ ਰੋਗ ਆ ਚੰਬੜਦੇ ਹਨ, ਧੀਆਂ ਦੇ ਰੂਪ ਵਿੱਚ ਰੋਗ ਆ ਚੰਬੜਦੇ ਹਨ, ਲੈਣ ਦੇਣ ਵਾਲਿਆਂ ਦੇ ਰੂਪ ਵਿੱਚ ਆ ਕੇ ਰੋਗ ਚੰਬੜ ਜਾਂਦੇ ਹਨ। ਇਹ ਸਾਰੇ ਰੋਗ ਕਿਉਂ ਲੱਗੇ? ਅਕਾਲ ਪੁਰਖ ਜੀ ਤੋਂ ਦੂਰ ਹੋਏ। ਆਪਣਾ ਜੋ ਅਸਲ ਮਾਪਾ ਹੈ, ਸਭਨਾਂ ਕਾ ਮਾਂ ਪਿਓ ਆਪ ਹੈ, ਉਹਨਾਂ ਤੋਂ ਦੂਰ ਹੋਇਆ। ਰੋਗ ਹੀ ਰੋਗ ਹਨ, ਗੁਰਬਾਣੀ ਸਮਝਾਉਂਦੀ ਹੈ ਕਿ ਭਾਈ ਤ੍ਰਿਣ ਤੀਲੇ ਜਪਦੇ ਹਨ, ਤੂੰ ਕਿਉਂ ਨਹੀਂ ਜਪਦਾ? ਜੋ ਦੀਸਤ ਹੈ ਮਿਰਗ ਮੀਨ ਪੰਖੇ ਰੂ, ਮਿਰਗ ਦਿਸਦੇ ਹਨ, ਮੀਨ ਮੱਛੀਆਂ ਦਿਸਦੀਆਂ ਹਨ, ਪੰਖੇ ਰੂ ਉੱਡੇ ਫਿਰਦੇ ਹਨ। ਭਾਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਸੱਚੇ ਪਾਤਸ਼ਾਹ ਸ਼ਬਦ ਅਵਤਾਰ, ਜੋ ਦੀਸਤ ਹੈ ਮਿਰਗ ਮੀਨ ਪੰਖੇ ਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਬਿਨ ਹਰ ਬਿਨਾਂ ਵਾਹਿਗੁਰੂ ਤੋਂ, ਬਿਨ ਹਰ ਜਾਪਤ ਜਾਪਤ ਜਪਦੇ ਹੈ ਨਹੀਂ ਹੋਰ, ਹੈ ਨਹੀਂ ਹੋਰ। ਐ ਇਨਸਾਨ ਹੈ ਗੁਰਮੁਖ ਪਿਆਰਿਆ, ਭਲਿਆ ਲੋਕਾਂ ਬੰਦਿਆ ਤੂੰ ਵੀ ਜਪਿਆ ਕਰ। ਨੇਤ ਨੇਤ ਬਨ ਤ੍ਰਿਣ ਕਹਿਤ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਵੀ ਤ੍ਰਿਣ ਨਾਲ ਤੁਲਨਾ ਦਿੱਤੀ ਹੈ। ਸਮੇਸ਼ ਪਿਤਾ ਸ਼ਹਿਨਸ਼ਾਹ ਦਾ ਦਾਰ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੀ ਪਾਵਨ ਗੁਰਬਾਣੀ ਥੋੜੀ ਥੋੜੀ ਆਪਾਂ ਪੜ੍ਹ ਰਹੇ ਹਾਂ ਜਾਪ ਸਾਹਿਬ, ਉਹ ਕਹਿੰਦੇ ਹਨ ਵਾਹਿਗੁਰੂ ਜੀ ਅਕਾਲ ਪੁਰਖ ਜੀ ਮੇਰੇ ਘਰੋ ਤ੍ਰਿਣ ਤੇ ਬੜੇ ਜ਼ਾਲਮ ਚੰਬੜੇ ਹੋਏ ਸਨ ਉਸ ਵੇਲੇ, ਗੁਰੂ ਸਾਹਿਬ ਨੂੰ ਬੜਾ ਦੁੱਖ ਦਿੰਦੇ ਸਨ। ਦੁੱਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਤੇ ਰਹਿਣਾ, ਸੋਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਬੜਾ ਔਖਾ ਸਮਾਂ ਸੀ। ਮਾਛੀ ਵਾੜੇ ਤੇ ਜੰਗਲ, ਨੰਗੇ ਪੈਰ, ਜਾਮਾ ਨੀਰੋ ਨੀਰ, ਜੁੜੇ ਤਾਂ ਵੀ ਹੋਏ ਹਨ ਅਕਾਲ ਪੁਰਖ ਵਾਹਿਗੁਰੂ ਜੀ ਨਾਲ। ਉਹ ਕਹਿੰਦੇ ਹਨ ਅਕਾਲ ਪੁਰਖ ਜੀ ਕੋਈ 10 ਲੱਖ ਕਹਿੰਦਾ ਹੈ, ਕੋਈ 3 ਕਹਿੰਦਾ ਹੈ, ਪਾਤਸ਼ਾਹ ਤੁਸੀਂ ਆਪ ਹੀ ਪਹਾੜ ਬਣ ਕੇ ਇਹਨਾਂ ਦੇ ਅੱਗੇ ਆ ਜਾਵੋ। ਮੇਰ ਕਰੋ ਮੇਰ ਪਹਾੜ ਤ੍ਰਿਣ ਤੇ, ਇੱਥੇ ਮਹਾਰਾਜ ਨੇ ਆਪਣੇ ਆਪ ਨੂੰ ਤ੍ਰਿਣ ਕਿਹਾ, ਜਿਵੇਂ ਕਥਾ ਵਿੱਚ ਕਿਹਾ ਗਿਆ ਹੈ, ਬੰਦੇ ਆ ਤੂੰ ਅੱਖਾਂ ਨਾਲੋਂ ਵੀ ਹੌਲਾ ਹੋ ਗਿਆ, ਇੰਨੇ ਹੰਬਲ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਇੰਨੀ ਨਿਮਰਤਾ, ਇੰਨਾ ਨੀਵਾਂਪਨ, ਇੰਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਵਿੱਚ ਭੇਜੇ ਹੋਏ ਹਨ। ਕਹਿੰਦੇ ਹਨ ਮੇਰ ਕਰੋ ਤ੍ਰਿਣ ਤੇ, ਮੋਹੇ ਜਾਹੇ ਮੇਰੇ ਵਰਗੇ, ਮੇਰ ਕਰੋ, ਕਨਫਿਊਜ਼ ਨਾ ਹੋਣਾ, ਮਿਹਰ ਨਹੀਂ, ਮੇਰ ਕਰੋ। ਇੰਨੀਆਂ ਫੌਜਾਂ ਚੜ ਕੇ ਆ ਰਹੀਆਂ ਹਨ, ਪਾਤਸ਼ਾਹ ਤੁਸੀਂ ਪਹਾੜ ਬਣ ਕੇ ਰੋਕ ਲਓ। ਮੇਰ ਕਰੋ ਤ੍ਰਿਣ ਤੇ, ਮੋਹੇ ਜਾਏ ਮੇਰੇ ਵਰਗੇ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗਰੀਬ ਨਿਵਾਜ ਨ ਦੂਸਰ ਤੋ ਸੋ, ਗਰੀਬ ਨਿਵਾਜ ਨ ਦੂਸਰ ਤੋ ਸੋ, ਗਰੀਬ ਨਿਵਾਜ ਨ ਦੂਸਰ ਤੋ ਸੋ। ਮਹਾਰਾਜ ਅਕਾਲ ਪੁਰਖ ਜੀ ਦੂਜਾ ਕੋਈ ਹੈ ਹੀ ਨਹੀਂ,
ਦੂਜਾ ਕਾਹੇ ਸਿਮਰੀਏ, ਜੋ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲ ਥੱਲੇ ਅਸਮਾਏ। ਸਾਰਿਆਂ ਨੂੰ ਕਹਿੰਦੇ ਹਨ, ਇਕੱਲਿਆਂ ਨੂੰ ਵੀ ਕਹਿੰਦੇ ਹਨ, ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਉਸ ਵਾਹਿਗੁਰੂ ਜੀ ਦਾ ਇਸ ਰਸਨਾ ਦੇ ਨਾਲ ਵੀ ਬੈਠਰੀ ਤੋਂ ਵੀ, ਮਧਮਾ ਤੋਂ ਵੀ, ਬਸੰਤੀ ਤੋਂ ਵੀ, ਪਰਾ ਤੋਂ ਵੀ, ਆਗਾਂ ਵਾਲੇ ਮਹਾਂਪੁਰਖ ਜਿਹੜੇ ਹਨ ਉਹ ਪਰਾ ਤੋਂ ਵੀ ਕਰਦੇ ਹਨ। ਯੂ ਜੈਂਟ ਦਾ ਨੇਮ ਆਫ ਗੋਡ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਇੱਕ ਨੂੰ ਕਹਿ ਰਹੇ ਹਨ, ਨੇਤ ਨੇਤ ਬਣ ਤ੍ਰਿਣ ਕਹਿਤ ਦਾ ਵੁੱਡਸ ਐਂਡ ਡੇਲਸ ਜੈਂਟਸ ਦਾ ਨੇਮ ਆਫ ਗੋਡ ਵਾਹਿਗੁਰੂ ਜੀ ਐਸ ਇਨ ਡਿਸਕ੍ਰਾਈਬੇਬਲ। ਉਹ ਕਿਸ ਤਰ੍ਹਾਂ ਦੇ ਹਨ ਤਾਂ ਵੀ ਜਪਦੇ ਹਨ ਐਸ ਇਨ ਡਿਸਕ੍ਰਾਈਬੇਬਲ, ਬੰਦਿਆਂ ਤੋਂ ਹੀ ਜਪਿਆ ਕਰ। ਅੱਗੋਂ ਕਹਿੰਦੇ ਹਨ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਪਾਵ ਸਰਬ ਨਾਮ ਕਥੈ ਕਵਨ। ਪਾਵ ਕਹਿੰਦੇ ਨੇ ਤੁਹਾਡੇ ਤੋਂ ਸੰਤ। ਹੁਣ ਜਿਵੇਂ ਜਿਵੇਂ ਕਥਾ ਆਏਗੀ ਬਾਰ ਬਾਰ ਆਏਗਾ ਪਾਵ, ਚੌਪੇ ਵਿੱਚ ਵੀ ਆਇਆ ਹੈ, ਪਾਵ ਚਰਨਨ ਮਨ ਰਹਿ ਹਮਾਰਾ। ਗੁਰਦੇਵ ਕਲਗੀਧਰ ਸੱਚੇ ਪਾਤਸ਼ਾਹ ਸਰਬਸਤਾਨੀ ਦਾਤਾਰ ਪਾਤਸ਼ਾਹ ਜੀ ਕਹਿੰਦੇ ਹਨ, ਤਵ ਸਰਬ ਨਾਮ ਕਥੈ ਕਵਨ। ਵਾਹਿਗੁਰੂ ਜੀ, ਤਵ ਤੁਹਾਡੇ ਸਾਰੇ ਨਾਮ ਕੌਣ ਕਥਨ ਕਰ ਸਕਦਾ ਹੈ, ਬੇਅੰਤ ਨਾਮ ਹਨ, ਬੰਦੇ ਦੀ ਸਮਝ ਤੋਂ ਬਾਹਰ ਹਨ। ਜਪਜੀ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਫਰਮਾਇਆ ਹੈ, ਅਕਾਲ ਪੁਰਖ ਜੀ ਕਥਨ ਕਥੀ ਨ ਆਵੇ ਕੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਤਾ ਨਹੀਂ ਅੰਤ ਕੋਈ ਨੀ, ਮੈਥ ਮੁੱਕ ਜਾਂਦਾ ਹੈ, ਕਰੋੜਾਂ ਅਰਬਾਂ ਖਰਬਾਂ ਨੀਲ ਅਨੀਲ ਕਿੰਨੀਆਂ ਮੈਥ ਦੇ ਵਿੱਚ ਗਿਣਤੀਆਂ ਹਨ, ਸਾਰੀਆਂ ਮੁੱਕ ਜਾਂਦੀਆਂ ਹਨ ਵਾਹਿਗੁਰੂ ਜੀ, ਪਰ ਤੁਹਾਡੀ ਮਹਿਮਾ ਨਹੀਂ ਮੁੱਕਦੀ। ਭਗਤ ਕਬੀਰ ਜੀ ਕਹਿੰਦੇ ਹਨ, ਕਬੀਰ ਸਾਹਿਬ ਨੇ ਧਰਤੀ ਨੂੰ ਕਾਗਜ਼ ਬਣਾਇਆ, ਬਸ ਥਾ ਕਾਗਜ਼ ਬਣਾ ਕੇ ਕਹਿੰਦੇ ਹਨ, ਜੰਗਲ ਦੀਆਂ ਕਲਮਾਂ ਘੜ ਲਈਏ ਸਾਰੇ ਸਮੁੰਦਰਾਂ ਦੀ, ਵਸਦਾ ਕਾਗਜ਼ ਜੋਂ ਕਰੋਂ, ਲਿਖਿਆ ਨਹੀਂ ਜਾ ਸਕਦਾ ਵਾਹਿਗੁਰੂ ਜੀ ਦਾ ਵਡਿਆਈ ਉਪਮਾ ਮਹਿਮਾ। ਸਾਰੀ ਧਰਤੀ ਭਰ ਜਾਵੇਗੀ ਵਾਹਿਗੁਰੂ 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 ਵਾਹਿਗੁਰੂ, ਲਿਖਦੇ ਆ ਕਾਗਜ਼ ਮੁੱਕ ਜਾਣਗੇ, ਸਿਆਹੀ ਮੁੱਕ ਜਾਏਗੀ, ਸਭ ਕੁਝ ਮੁੱਕ ਜਾਏਗਾ। ਭਗਤ ਕਬੀਰ ਜੀ ਕਹਿੰਦੇ ਨੇ, ਵਾਹਿਗੁਰੂ ਦਾ ਜਸ ਨਹੀਂ ਮੁੱਕੇਗਾ, ਕਥ ਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਤਾ ਨੀ ਕਿਤਨੀ ਕੁ ਦੁਨੀਆ ਕਹਿ ਕਹਿ ਚਲੀ ਗਈ ਹੈ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ਸਾਰਾ ਪਸਾਰਾ ਹੀ ਤੁਹਾਡੇ ਨਾਮ ਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਗੁਰਬਾਣੀ ਹੈ। ਜਦੋਂ ਬੀੜ ਪ੍ਰਾਪਤ ਨਹੀਂ ਹੋਈ ਕਰਤਾਰਪੁਰ ਤੋਂ, ਗੁਰੂ ਮਹਾਰਾਜ ਜੀ ਨੇ ਸਾਰੀ ਪਵਿੱਤਰ ਗੁਰਬਾਣੀ ਇਸ ਰਸਨਾ ਤੋਂ ਉਚਾਰਨ ਕੀਤੀ ਹੈ। ਕਈ ਦਾ ਨਹੀਂ ਕਿ ਇਹਦੇ ਵਿੱਚ ਬਾਣੀ ਨਹੀਂ ਦਸਮ ਪਾਤਸ਼ਾਹ ਜੀ ਦੀ, ਕਈ ਵਾਰੀ ਕਹਿ ਦਿੱਤਾ ਦੋਹਰਾ ਹੈ ਸਿਰਫ, ਇਹ ਬਾਣੀ ਗੁਰੂ ਸਾਹਿਬ ਦੀ ਨਹੀਂ, ਉਹ ਭਲਿਓ ਲੋਕੋ ਇੱਕ ਓਅੰਕਾਰ ਜੀ ਤੋਂ ਲੈ ਕੇ ਸਾਰੀ ਪਵਿੱਤਰ ਗੁਰਬਾਣੀ ਮਹਾਰਾਜ ਨੇ ਕੰਠ ਤੋਂ ਉਚਾਰਨ ਕੀਤੀ ਹੈ। ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਆ ਜਿਹੜੀ ਦਮਦਮੀ ਟਕਸਾਲ ਹੈ, ਬਾਬਾ ਦੀਪ ਸਿੰਘ ਜੀ ਸ਼ਹੀਦ, ਭਾਈ ਮਨੀ ਸਿੰਘ ਜੀ, ਇਹ ਉੱਥੋਂ ਚੱਲ ਰਹੀ ਹੈ। ਤੋ ਸਤ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਦੁਨੀਆਂ ਦਾ ਜਿੰਨਾ ਪਸਾਰਾ ਹੈ ਹਰ ਇੱਕ ਦਾ ਨਾਮ ਹੈ, ਕੋਈ ਵੀ ਚੀਜ਼ ਲੈ ਲਓ ਸਭ ਉਹਦਾ ਕੋਈ ਨਾ ਕੋਈ ਨਾਮ ਹੈ। ਮਹਾਰਾਜ ਨੇ ਸ਼ੋਟ ਕਹਿ ਦਿੱਤਾ ਹੈ, ਇਸ ਇਨਾ ਖਾਨਾ ਦਿਸ ਰਿਹਾ ਹੈ, ਜਿੰਨਾ ਵੀ ਇਹਨਾਂ ਨੇਤਰਾਂ ਨਾਲ ਨਜ਼ਰ ਆ ਰਿਹਾ ਹੈ, ਨਾਮ ਦਾ ਹੀ ਸਾਰਾ ਪਸਾਰਾ ਪਸਰਿਆ ਹੋਇਆ ਹੈ। ਜੇਤਾ ਵੇਖਣ ਤੇਤਾ ਨਾਮ।
ਨਾਮ। ਮਹਾਰਾਜ ਕਹਿੰਦੇ ਹਨ ਕੌਣ ਕਥਨ ਕਰ ਸਕਦਾ ਹੈ, ਨੋ ਵਨ ਕੈਨ ਟੈਲ ਦ ਨੇਮਸ ਆਫ ਵਾਹਿਗੁਰੂ ਜੀ। ਵਾਹਿਗੁਰੂ ਦੇ ਨਾਂ ਸਾਰੇ ਕੋਈ ਨਹੀਂ ਲੈ ਸਕਦਾ। ਬੇਅੰਤ ਨਾਵਾਂ ਵਾਲੇ ਹੋ ਅਕਾਲ ਪੁਰਖ ਵਾਹਿਗੁਰੂ ਜੀ। ਆਖਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹਿ ਦਿੱਤਾ ਬੇਅੰਤ ਨਾਮ ਤੇ ਆਏ ਹੋ ਪਰਮ ਜੋਤ ਪਾਏ ਹੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਬੇਅੰਤ ਨਾਮ ਤੇ ਆਏ ਹੋ, ਬੇਅੰਤ ਨਾਮ ਤੇ ਆਏ ਹੋ, ਪਰਮ ਜੋਤ ਪਾਏ ਹੋ, ਪਰਮ ਜੋਤ ਪਾਏ ਹੋ। ਮੈਂ ਹੋ ਪਰਮ ਪੁਰਖ ਕੋ ਦਾਸਾ, ਪਰਮ ਜੋਤ ਪਾਏ ਹੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ